ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ। ਕਰੰਟ ਇਸ਼ੂ ਲਈ ਚੱਲਦੇ ਹਨ ਲੁਧਿਆਣੇ, ਔਰ ਬੜੀ ਦੁੱਖ ਭਰੀ ਖਬਰ ਆ ਰਹੀ ਹੈ ਕਿ ਇੱਕ ਬਿਲਡਿੰਗ ਦੀ ਪਲਾਸਤਰ ਦਾ ਕੰਮ ਚੱਲ ਰਿਹਾ ਸੀ, ਬਿਲਡਿੰਗ ਬਣ ਰਹੀ ਸੀ, ਔਰ ਜਦੋਂ ਕੁਛ ਇੱਕ ਮਜ਼ਦੂਰ ਬਾਹਰ ਪੈਡ ਲਾਉਣ ਲੱਗੇ ਤਾਂ ਕਿ ਅੱਗੇ ਉੱਪਰ ਜਾ ਕੇ ਪਲਾਸਤਰ ਕੀਤਾ ਜਾ ਸਕੇ, ਤਾਂ ਅਚਾਨਕ ਮਜ਼ਦੂਰ ਜਿਹੜਾ ਹੈ ਉਹ 11,000 ਵੋਲਟੇਜ ਦੀ ਜਿੱਥੋਂ ਪਾਵਰ ਜਾ ਰਹੀ ਸੀ ਉਸਦੇ ਨਾਲ ਟਕਰਾ ਗਿਆ, ਔਰ ਮੌਕੇ 'ਤੇ ਹੋ ਗਈ ਉਸਦੀ ਮੌਤ। ਕੀ ਹੈ ਹੋਰ ਜਾਣਕਾਰੀ ਦੇਣ ਵਾਸਤੇ ਪ੍ਰਦੀਪ ਭੰਡਾਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਭੰਡਾਰੀ ਸਾਹਿਬ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ? ਜੀ ਸੋਹਤਾ ਜੀ, ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਵੀ ਇੱਥੇ ਲੁਧਿਆਣਾ ਦੇ ਰਾਹੋਂ ਰੋਡ ਤੇ ਸਥਿਤ ਜਿਹੜੀ ਜਗੀਰਪੁਰ ਦੀ ਕਲੋਨੀ ਸੀਗੀ, ਉੱਥੇ ਇੱਕ ਬਿਲਡਿੰਗ ਨਿਰਮਾਣ ਅਧੀਨ ਬਿਲਡਿੰਗ ਦੇ ਵਿੱਚ ਪਲਸਤਰ ਦਾ ਕੰਮ ਚੱਲ ਰਿਹਾ ਸੀਗਾ, ਤੇ ਉਹਦੇ ਉੱਪਰ ਦੀ ਜਿਹੜੀ ਸੀਗੀ 11,000 ਵੋਲਟੇਜ ਦੀਆਂ ਜਿਹੜੀਆਂ ਤਾਰਾਂ ਲੰਘ ਰਹੀਆਂ ਸਨ। ਉੱਥੇ ਉਹ ਆਪਣੀ ਪਲਸਤਰ ਕਰਨ ਵਾਸਤੇ ਜਿਹੜੀ ਪੈਡ ਦੀ ਤਿਆਰੀ ਕਰ ਰਿਹਾ ਸੀ, ਪੈਡ ਲਗਾਉਣ ਦੀ ਤਿਆਰੀ ਕਰ ਰਿਹਾ ਸੀਗਾ, ਤੇ ਜਿਹਦੇ ਨਾਲ ਉਹਦਾ ਤਾਰ ਦੇ ਨਾਲ ਟੱਚ ਹੋਣ ਕਰਕੇ ਜਿਹੜਾ ਸੀ ਇਹ ਕਰੰਟ ਦੇ ਨਾਲ ਇਹ ਜਿਹੜੀ ਇਹ ਉਹਦੀ ਚਪੇਟ ਵਿੱਚ ਆ ਗਿਆ, ਤੇ ਜਿਸਦੀ ਮੌਕੇ ਤੇ ਹੀ ਉੱਥੇ ਮੌਤ ਹੋ ਗਈ ਜੀ। ਔਰ ਜਦੋਂ ਇਹ ਸਾਰਾ ਕੁਝ ਕਰ ਰਹੇ ਸੀ ਤਾਂ ਬਾਕੀ ਜਿਹੜੇ ਸੀਗੇ ਨਾਲ ਦੇ ਮਜ਼ਦੂਰ ਜਾਂ ਮਿਸਤਰੀ, ਉਹ ਮਤਲਬ ਉੱਥੇ ਹੀ ਸੀਗੇ ਜਾਂ ਉਹ ਅੱਗੇ ਪਿੱਛੇ ਗਏ ਹੋਏ ਸੀ? ਜੀ ਉੱਥੇ ਨੇੜੇ ਤੇੜੇ ਸੀਗੇ ਸਾਰੇ, ਸਾਰੇ ਇਕੱਠੇ ਹੀ ਰਲ ਕੇ ਜਿਹੜਾ ਸੀਗੇ ਇਹ ਜਿਹੜਾ ਪੈਡ ਦਾ ਕੰਮ ਕਰ ਰਹੇ ਸੀਗੇ, ਪੈਡ ਲਗਾਉਣ ਦਾ ਕੰਮ ਕਰ ਰਹੇ ਸੀਗੇ ਜਾਂ ਕਿੱਦਾਂ ਵੀ ਆ, ਤੇ ਉਹਦੇ ਵਿੱਚ ਜਦੋਂ ਵੀ ਤਾਰਾਂ ਨਜ਼ਦੀਕ ਹੋਣ ਕਰਕੇ ਜੇ ਉਹਦੇ ਨਾਲ ਟੱਚ ਹੋਣ ਕਰਕੇ ਇਹ ਜਿਹੜਾ ਸੀਗਾ ਇਹ ਹਾਦਸਾ ਹੋਇਆ ਜੀ। ਨਾ ਬਿਲਡਿੰਗ ਜਿਨ੍ਹਾਂ ਦੀ ਬਣ ਰਹੀ ਸੀ ਉਹਨਾਂ ਨੇ ਬਿਜਲੀ ਵਿਭਾਗ ਨਾਲ ਸੰਪਰਕ ਨਹੀਂ ਕੀਤਾ ਵੀ ਅਸੀਂ ਬਿਲਡਿੰਗ ਐਕਸਪੈਂਡ ਕਰ ਰਹੇ ਹਾਂ, ਤਾਰਾਂ ਉੱਪਰ ਦੀ ਜਾ ਰਹੀਆਂ ਨੇ? ਦੇਖੋ ਜੀ, ਇਹ ਜਿਹੜੀ ਇਹ ਮਾਮਲਾ ਹੈਗਾ ਆ, ਇਹ ਬਿਜਲੀ ਵਾਲਿਆਂ ਨੇ ਵੀ ਚੇਤਾਵਨੀ ਦਿੱਤੀ ਹੋਈ ਹੈ ਵੀ ਜਿਹੜੇ ਤੁਸੀਂ ਵੱਧ ਜਿਹੜੇ ਹੈਗੇ ਆਪਣੇ ਬਿਲਡਿੰਗ ਦੇ ਉਹ ਤੁਸੀਂ ਆਪਣੀ ਲਿਮਿਟ ਦੇ ਵਿੱਚ ਹੀ ਰੱਖੋ, ਤੇ ਲੋਕਾਂ ਨੇ ਜਿਹੜੇ ਹੈਗੇ ਉਹ 2.5 ਫੁੱਟ ਦੇ 3-3 ਫੁੱਟ ਜਿਹੜੇ ਵਾਧਰੇ ਬਾਹਰ ਕੀਤੇ ਹੋਏ ਨੇ, ਤੇ ਉਹਦੇ ਕਰਕੇ ਵੀ ਇਹ ਹਾਦਸੇ ਹੁੰਦੇ ਰਹਿੰਦੇ ਨੇ ਆਪਣੇ ਪੰਜਾਬ ਦੇ ਵਿੱਚ ਹੀ ਆਪਾਂ ਗੱਲ ਕਰ ਸਕਦੇ ਹਾਂ। ਤੇ ਬਿਜਲੀ ਵਿਭਾਗ ਵਾਲਿਆਂ ਨਾਲ ਜਦੋਂ ਅਸੀਂ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਹ 'ਚ ਸਾਡਾ ਕੋਈ ਕਸੂਰ ਨਹੀਂ ਹੈ, ਬਟ ਜਿਹੜੀ ਇਹ ਬਿਲਡਿੰਗ ਜਿਹੜਾ ਮਾਲਕ ਹੈਗਾ ਉਹਦਾ ਹੀ ਸਾਰਾ ਕਸੂਰ ਮੰਨਿਆ ਜਾਂਦਾ ਜੀ। ਸੋ ਅਲੱਗ ਅਲੱਗ ਲੋਕਾਂ ਨਾਲ ਪ੍ਰਦੀਪ ਭੰਡਾਰੀ ਜੀ ਨੇ ਗੱਲਬਾਤ ਕੀਤੀ, ਇਸ ਪੂਰੇ ਵਿਸ਼ੇ 'ਤੇ ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ। ਉਹਨਾਂ ਦੀ ਇੰਟੀਮੇਸ਼ਨ ਮਿਲੀ ਸੀਗੀ ਕਿ ਕੋਈ ਮਜ਼ਦੂਰ ਕਰੰਟ ਲੱਗਣ ਕਾਰਨ ਉਹਦੀ ਮੌਤ ਹੋ ਗਈ ਹੈ। ਅਸੀਂ ਮੌਕੇ 'ਤੇ ਆਏ, ਮੌਕੇ 'ਤੇ ਆ ਕੇ ਦੇਖਿਆ, ਸਾਰਾ ਚੈੱਕ ਕੀਤਾ, ਇਹ ਜਿਹੜਾ ਉੱਪਰ ਤਾਰ ਹੈ, ਤਾਰ ਲੰਘਦੀ ਆ ਹਾਈ ਵੋਲਟਸ, ਉਹਦੇ ਨਾਲ ਜਿਹੜਾ ਉੱਪਰ ਉਹਦਾ ਸਿਰ ਲੱਗਿਆ ਮਜ਼ਦੂਰ ਦਾ, ਉਹ ਜਦੋਂ ਸਿਰ ਲੱਗਣ ਦੇ ਨਾਲ ਜਦੋਂ ਪੈਡ ਤੋਂ ਉਹਦਾ ਪੈਰ ਫਿਸਲ ਗਿਆ, ਪੈਰ ਫਿਸਲ ਜਿਹੜੇ ਕਾਰਨ ਜਿਹੜੀ ਸੀਗੀ ਉਹਦੀ ਹੇਠਲੀ ਲੱਤ ਜਿਹੜੀ ਆ ਉਹ ਅਰਥ ਨਾਲ ਸ਼ਾਰਟ ਜਿਹੜੀ ਉਹ ਹੋ ਗਈ, ਮਜ਼ਦੂਰ ਜਿਹੜਾ ਸੀ ਉਹਦੀ ਮੌਕੇ 'ਤੇ ਮੌਤ ਹੋ ਗਈ। ਜਦੋਂ ਅਸੀਂ ਆ ਕੇ ਉਦੋਂ ਆਏ ਉਦੋਂ ਮੌਤ ਹੋ ਚੁੱਕੀ ਸੀ। ਸਾਡੇ ਉਹ ਫੁੱਫੜ ਜੀ ਸੀਗੇ ਜੀ ਜਿਹਨੇ ਡੈਥ ਹੋਈ ਹੈਗੀ ਆ, ਤਾਂ ਉਹ ਇੱਥੇ ਕੰਮ ਕਰਨ ਆਏ ਸੀਗੇ ਅਤੇ ਪੈਡ ਵਗੈਰਾ ਕਰਦੇ ਪਏ ਸੀਗੇ, ਤਾਂ ਉਹ ਫਿਰ ਇੱਥੇ ਕੀ ਹੈ ਕਰੰਟ ਕਰੰਟ ਲੱਗ ਗਿਆ ਉਹਨਾਂ ਨੂੰ। ਕੀ ਕਾਰਨ ਜਿਹੜਾ ਕਰੰਟ ਲੱਗ ਗਿਆ? ਹਾਂ ਦੇਖੋ, ਤਾਰਾਂ ਦਾ ਕਾਰਨ ਆਈ ਆ, ਜੇ ਤਾਰਾਂ ਇੰਨੀਆਂ ਲਾਈਆਂ ਲਮਕਦੀਆਂ ਪਈਆਂ ਵਾ, ਬਾਦੜਾ 3 ਫੁੱਟ ਹੈਗਾ ਪਲੱਸ ਜਿਹੜਾ ਉੱਪਰ ਜਿਹੜੀ ਹੈਗੀ ਇੱਕ ਬਾਦੜਾ ਵੀ ਬਾਹਰ ਨਿਕਲਿਆ ਹੋਇਆ ਵਾ ਜਿਹੜਾ ਹੈਗਾ ਵਾ, ਇੱਕ ਤਾਂ ਬਿਜਲੀ ਦਾ ਇੱਕ ਯਾਰ ਬਾਦੜਾ ਇੰਨਾ ਨਿਕਲਿਆ ਹੋਇਆ ਬਾਹਰ, ਉਹ ਵੀ ਨਾਲ ਹੀ ਹੈ, ਅਤੇ ਬਿਜਲੀ ਦੇ ਤਾਰਾਂ ਜਿਹੜੀਆਂ ਇੰਨੀਆਂ ਪਾਈਆਂ ਹੋਈਆਂ ਵਾ। ਅਸੀਂ ਤਾਂ ਇਹੀ ਕਹਾਂਗੇ ਜੀ, ਇੱਕ ਤਾਰਾਂ ਜਿਹੜੀਆਂ ਇੰਨੀਆਂ ਵਾ, ਭਲੇ ਇਹ ਤਾਰਾਂ ਘੱਟ ਕਰਨ, ਅਤੇ ਜਿਹੜਾ ਬਾਦੜੇ ਨੇ ਬਾਹਰ ਨਿਕਲੇ ਇਹਨੂੰ ਘੱਟ ਕਰਨ, ਅਤੇ ਬਾਕੀ ਇਹਨਾਂ ਦੇ ਵੀ ਨਿਆਣੇ ਹੈਗੇ, ਉਹਨਾਂ ਨੂੰ ਵੀ ਖਤਰਾ ਹੋ ਸਕਦਾ, ਬਾਕੀਆਂ ਨੂੰ ਵੀ ਹੋ ਸਕਦਾ ਜੀ। ਅਸੀਂ ਤਾਂ ਭਾਜੀ ਬਾਹਰ ਤਾਂ ਅੰਦਰ ਗਏ, ਉਹ ਚਾਲੀ ਬੰਨ ਤੇ ਪੜੇ ਦੇ, ਬਸ ਚਾਲੀ ਬੰਨ ਤੇ ਉਹ ਕਹਿੰਦੇ ਮੈਂ ਮੋਮ ਜਾਮਾ ਲਾਉਣਾ, ਤੂੰ ਉੱਪਰ ਮੱਚ ਚੜੀਏ ਮਿਸਤਰੀ ਕੋ, ਇੰਨੇ ਪਤਾ ਨਹੀਂ ਮੋਮ ਜਾਮਾ ਕਹਿੰਦੇ ਚਲੋ ਤਾਰ ਤਾਂ ਪੜੇ ਕੋਈ ਗੱਲ ਨਹੀਂ, ਤਾਰ ਛਿੱਧੇ ਹੀ ਹੈ ਮੈਂ ਕਰ ਦੇਣਾ, ਕਹਿੰਦੇ ਨਹੀਂ ਤੂੰ ਚੜੀਏ ਮਤ, ਇਤਨੇ ਵੇ ਮੋਮ ਜਾਮਾ ਲੈਣ ਗਏ ਤਾਂ ਮਿਸਤਰੀ ਉੱਪਰ ਚੜ ਗਿਆ, ਮੈਂ ਅੰਦਰ ਕੰਮ ਨਿਮਟਾਉਣ ਲੱਗੀ, ਇੰਨੇ ਵੀ ਫਿਰ ਮੈਂ ਉੱਪਰ ਸਚਿੰਗਾਰੀ ਆਈ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ, ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। For new updates, please subscribe A1 News and click the bell icon.